ਜਿਹੜੀ ਨੁਸਰਤ ਸਾਹਿਬ ਦੀ ਕਬਰ ਬਣੀ ਉਹ ਕਿੱਥੇ ਆ? ਪਿੱਛੇ ਰਹਿ ਗਈ। ਧੰਨਵਾਦ ਜੀ, ਮਿਹਰਬਾਨੀ, ਸ਼ੁਕਰੀਆ, ਬਹੁਤ ਬਹੁਤ ਧੰਨਵਾਦ ਤੁਹਾਡਾ। ਇਹਨਾਂ ਨੂੰ ਸਭ ਪਤਾ ਹੁੰਦਾ, ਇਹ ਤੁਰਦੇ ਫਿਰਦੇ ਨਕਸ਼ੇ ਹੁੰਦੇ ਹੈਗੇ ਸ਼ਹਿਰ 'ਚ। ਮੁਹੱਬਤ ਕਰਦੇ ਹੋ? ਸ਼ੁਕਰੀਆ ਸ਼ੁਕਰੀਆ, ਮਿਹਰਬਾਨੀ ਜੀ, ਮਿਹਰਬਾਨੀ, ਥੈਂਕ ਯੂ। ਨਾ ਨਾ ਨਾਸ਼ਤਾ, ਧੰਨਵਾਦ ਜੀ, ਬਹੁਤ ਬਹੁਤ। ਠੀਕ ਹੈ ਠੀਕ ਹੈ ਜੀ, ਅੱਜ ਨੁਸਰਤ ਸਾਹਿਬ ਦੇ ਵਿੱਚ ਜਾ ਰਹੇ। ਹਾਂਜੀ ਹਾਂਜੀ, ਨੁਸਰਤ ਸਾਹਿਬ ਦੇ ਜਾਣਾ ਜੀ। ਲਓ ਧੰਨਵਾਦ ਬਜ਼ੁਰਗੋ ਜੀ, ਮਿਹਰਬਾਨੀ, ਸ਼ੁਕਰੀਆ ਤੁਹਾਡਾ। ਇਹ ਲਓ ਜੀ, ਅਸੀਂ ਪਹੁੰਚ ਗਏ ਨੁਸਰਤ ਸਾਹਿਬ ਦੀ ਯਾਦ ਕਰਦੇ, ਜਿੱਥੇ ਕਬਰਸਤਾਨ ਹੀ ਹੈ ਵੈਸੇ। ਹਾਂਜੀ। ਅੱਛਾ, ਮੈਨੂੰ ਇਹ ਸੀ ਕਿਤੇ ਵੀ ਸਪੈਸ਼ਲ ਕੋਈ ਇੱਕ ਖਾਸ ਯਾਦ ਕਰੋ। ਉਹ ਕਬਰ ਤੇ ਸਪੈਸ਼ਲ ਹੀ ਬਣਿਆ ਹੋਇਆ ਹੈ ਸਿਸਟਮ ਨਾ। ਸਪੈਸ਼ਲ ਬਣਿਆ ਵੈਸੇ ਹੈ ਕਬਰਸਤਾਨ। ਉਹ ਵੇਖੋ ਦੂਰੋਂ ਹੀ ਨਜ਼ਰ ਆਉਣ ਲੱਗ ਗਈ ਤੇ ਫੋਟੋ ਵੀ ਲੱਗੀ ਨੁਸਰਤ ਸਾਹਿਬ ਦੀ। ਠੀਕ ਹੈ ਠੀਕ ਹੈ, ਮੰਡੀ ਕਰਕੇ ਬਣਾਇਆ, ਮਜ਼ਾਰ ਤਰ੍ਹਾਂ ਬਣਾਇਆ ਸਿਸਟਮ। ਕਮਾਲ ਕਮਾਲ, ਮਜ਼ਾਰ ਦੀ ਤਰ੍ਹਾਂ। ਹਾਂਜੀ ਹਾਂ, ਬਹੁਤ ਵੱਡੇ ਫਨਕਾਰ ਹੈ ਜੀ, ਤੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਗੀ ਬਹੁਤ ਇਹਨਾਂ ਨੇ ਜੋ ਗਾਤਾ ਇਹਨਾਂ ਨਾਲ ਦਾ। ਕੋਈ ਸਾਡੇ ਨਿੱਕੇ ਹੁੰਦੇ ਸੁਣਦੇ ਹੁੰਦੇ ਸੀ, ਕਹਿੰਦੇ ਵੀ ਤੂੰ ਵੱਡਾ ਨੁਸਰਤ, ਵੀ ਤੂੰ ਵੱਡਾ ਨੁਸਰਤ ਸਾਹਿਬ ਹੈ, ਹੈ ਨਾ, ਇਸ ਤਰ੍ਹਾਂ ਕਰਕੇ ਕਰਦੇ ਸੀ। ਤੁਸੀਂ ਦੇਖੋ, ਇਹ ਬਣੀ ਹੈ ਨੁਸਰਤ ਸਾਹਿਬ ਦੀ ਯਾਦਗਾਰ। ਰਾਹਤ ਫਤਿਹ ਅਲੀ ਖਾਨ ਇਹਨਾਂ ਦੇ ਭਤੀਜੇ ਹੈ, ਉਹ ਤਾਂ ਹੁਣ ਵੀ ਗਾਉਂਦੇ ਆ। ਕਮਾਲ, ਜਿਹੜੇ ਸੁਰ 'ਤੇ ਕਹਿੰਦੇ, ਜਿੱਥੇ ਜਿਹੜੇ ਲਾਭ 'ਤੇ ਕਹਿੰਦੇ ਇਹ ਗਾਉਂਦੇ ਸੀ ਜਾ ਕੇ, ਜਿਹੜੇ ਸੁਰ 'ਤੇ ਉਹ ਲੱਗੀ ਨਹੀਂ ਅੱਜ ਤੱਕ ਮੁੜ ਕੇ। ਮੈਂ ਕਹਿੰਦਾ ਇਹਨਾਂ ਨੇ ਐਂਡ ਹੀ ਕਰਤਾ, ਇਹ ਗਾਇਕੀ ਨਾ ਜਿਹੜੀ ਆ ਸਮੁੰਦਰ ਆ। ਹਾਂਜੀ, ਅਤੇ ਇਹ ਬਹੁਤ ਅੱਗੇ ਤੀਕਰ ਗਿਆ, ਬਹੁਤ ਅੱਗੇ ਤੀਕਰ, ਹੈ ਨਾ। ਅਤੇ ਇਹਦੇ ਤੁਹਾਨੂੰ ਬਾਹਰਲੇ ਪਾਸੇ ਹੁਣ ਦਿਖਾਉਂਦੇ ਹਾਂ ਥੋੜ੍ਹਾ ਜਿਹਾ। ਕੀ ਹਾਲ ਨੇ? ਸਤਿ ਸ਼੍ਰੀ ਅਕਾਲ ਬਜ਼ੁਰਗੋ, ਹੋਰ ਠੀਕ ਠਾਕ ਹੋ? ਅੱਛਾ, ਇਹ ਇੱਥੇ ਹੋਰ ਕਿਤੇ ਕਿਤੇ ਬਣੇ ਹੋਏ ਨੇ। ਲਓ ਜੀ, ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ ਯਾਦ ਕਰਦੇ ਅਸੀਂ ਪਹੁੰਚ ਗਏ ਹੁਣ। ਫੈਸਲਾਬਾਦ ਦੇ ਰਹਿਣ ਵਾਲੇ ਸੀ ਇਹ। 1948 'ਚ ਇਹਨਾਂ ਦਾ ਜਨਮ ਹੋਇਆ, ਪਾਰਟੀਸ਼ਨ ਤੋਂ ਜਸਟ ਇੱਕ ਸਾਲ ਬਾਅਦ, ਅਤੇ 1997 'ਚ ਸੰਸਾਰ ਤੋਂ ਇਹ ਚਲੇ ਗਏ, ਅਤੇ ਸਾਰਾ ਲਿਖਿਆ ਹੋਇਆ ਇਹਨਾਂ ਦੀ ਡੇਟ ਆਫ ਬਰਥ 'ਤੇ ਉਹ। ਅਤੇ ਇਹ ਇਹਨਾਂ ਦੀ ਫੋਟੋ ਲੱਗੀ ਹੋਈ ਹੈ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੀ। ਜੋ ਗਾਇਕੀ 'ਚ ਮੁਕਾਮ ਇਹਨਾਂ ਨੂੰ ਮਿਲਿਆ ਨਾ, ਅਤੇ ਉਹ ਨਹੀਂ ਮਿਲਿਆ ਕਿਸੇ ਨੂੰ। ਬੜੇ ਬੜੇ ਮਕਬੂਲ ਇਹਨਾਂ ਦੇ ਜਿਹੜੇ ਹੈ ਗਾਣੇ। ਬਸ ਹਾਂਜੀ, ਮੈਂ ਹਾਂਜੀ ਲੈਂਦੇ ਪੰਜਾਬ ਆ ਕੇ ਨਾ, ਬੜਾ ਕੁਛ ਨਸੀਬ ਹੋਇਆ, ਬੜੀਆਂ ਚੀਜ਼ਾਂ ਦੇਖਣੀਆਂ। ਬਚਪਨ 'ਚ ਮੈਂ ਬੜਾ ਸੁਣਦਾ ਰਿਹਾ ਖੁਸ਼ੀ। ਅੱਛਾ, ਇਹਨਾਂ ਦਾ ਇੱਕ ਹੋਰ ਵੱਡੀ ਗੱਲ, ਰੱਬ ਨੂੰ ਜੋੜਨ ਵਾਲਾ ਸੀਗਾ ਜਿੰਨਾ ਇਹਨਾਂ ਦੇ ਕਵਾਲੀਆਂ ਸੀ ਨਾ, ਇੱਕ ਕਵਾਲੀਆਂ ਰੱਬ ਨੂੰ ਬੰਦਗੀ ਨਾਲ ਜੋੜਨ ਵਾਲੀਆਂ ਉਸ ਤਰ੍ਹਾਂ ਦੀਆਂ ਸੀ। ਜੀ ਇਹ ਜੀ ਇੱਥੇ ਸੇਵਾਦਾਰ ਹੁੰਦੇ ਆ। ਹਾਂਜੀ, ਦੱਸੋ ਉਸਤਾਦ ਜੀ ਬਾਰੇ ਜੀ ਕੁਛ। ਇਹ ਜੀ ਉਸਤਾਦਾਂ ਦੇ ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ, ਹਾਂਜੀ ਉਹਨਾਂ ਦਾ ਮਜ਼ਾਰ। ਉਸਤਾਦ ਦੀ ਬੇਗਮ ਆ ਜੀ ਨਹੀਰ ਨੁਸਰਤ। ਅੱਛਾ ਜੀ। ਉਸਤਾਦ ਦੀ ਫੁੱਫਾ ਜਾਨ ਆ ਜੀ ਉਮਰਾਂ ਬੀਬੀ। ਅੱਛਾ ਜੀ। ਉਸਤਾਦ ਦੇ ਛੋਟੇ ਭਾਈ ਆ ਰਾਹਤ ਫਤਿਹ ਅਲੀ ਖਾਨ ਸਾਹਿਬ ਦੇ ਅੱਬੂ ਫਰਕ ਸਾਹਿਬ, ਫਤਿਹ ਅਲੀ ਖਾਨ ਸਾਹਿਬ ਦੇ ਅੱਬੂ ਜੀ ਆ। ਹਾਂਜੀ ਠੀਕ ਹੈ ਜੀ। ਉਸਤਾਦ ਦੇ, ਹਾਂਜੀ ਹਾਂਜੀ, ਉਸਤਾਦ ਦੇ ਨਾਲ ਬਾਜਾ ਵਜਾਉਂਦੇ। ਹਾਂਜੀ ਹਾਂਜੀ। ਤਾਏ ਦੇ ਬੇਟੇ ਆ ਤਵੱਕਲ ਅਲੀ ਖਾਨ। ਅੱਛਾ ਜੀ। ਇੱਥੇ ਪੂਰੇ ਮਤਲਬ ਜਿੰਨੇ ਮੈਂ ਵੀ ਜਦੋਂ ਆਇਆ ਸੀ ਆ ਕੇ ਦੇਖਿਆ ਫੈਮਿਲੀ ਨਾਲ, ਫੈਮਿਲੀ ਦੀਆਂ ਬਾਕੀ ਸਾਰੀਆਂ। ਹਾਂ ਜੀ 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 ਬਾਬਾ ਜੀ ਪਿਆਰਾਂ ਤੋਂ। ਇਹ ਉਸਤਾਦਾਂ ਦੀ ਭੈਣ ਆ ਜੀ, ਸਿਸਟਰ। ਅੱਛਾ ਜੀ। ਉਸਤਾਦਾਂ ਦੀ ਵਾਲਦਾ। ਹਾਂਜੀ। ਉਸਤਾਦਾਂ ਦੇ ਵਾਲਦ ਸਾਹਿਬ, ਹਾਂਜੀ, ਫਤਿਹ ਅਲੀ ਖਾਨ ਸਾਹਿਬ। ਹਾਂਜੀ। ਫਿਰ ਇਹਨਾਂ ਦਾ ਤਾਇਆ ਮੁਬਾਰਕ ਅਲੀ, ਫਿਰ ਇਹਨਾਂ ਦਾ ਤਾਇਆ ਸਲਾਮਤ ਅਲੀ। ਇਹ ਦੋਨੇ ਉਸਤਾਦ ਵੀ ਉਸਤਾਦਾਂ ਦੇ।
ਜੀ 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 ਫਿਰ ਰਾਹਤ ਸਾਹਿਬ ਦੀ ਖਾਲਾਂ, ਫਿਰ ਰਾਹਤ ਫਤਿਹ ਅਲੀ ਖਾਨ ਸਾਹਿਬ ਦੀ ਵਾਲਦਾ, ਫਰਕ ਸਾਹਿਬ ਦੀ ਬੇਗਮ ਜੀ ਜੀ ਜੀ, ਇਹ ਦਾਦੀ ਅਤੇ ਵੱਡੀ ਭੈਣ ਬਾਹਰ ਆ, ਕੁਛ ਢੇਰੀਆਂ ਹੋਰ ਬਾਹਰ ਹੈਗੀਆਂ। ਇਹ ਅੰਦਰਲੇ ਪਾਸਿਓਂ ਉੱਪਰੋਂ ਇਹ ਦੇਖੋ ਬੜਾ ਸੋਹਣਾ ਆਲਾ ਦੁਆਲਾ ਬਣਾ ਕੇ ਰੱਖਿਆ ਹੋਇਆ ਸੀਗਾ। ਇਹ ਸੀ ਸਾਰਾ ਆਲਾ ਦੁਆਲਾ ਜਿੰਨਾ ਤੁਹਾਨੂੰ ਦਿਖਾਇਆ, ਅਤੇ ਹੁਣ ਅਸੀਂ ਇੱਥੋਂ ਨਿਕਲਣ ਲੱਗੇ ਹਾਂ ਜੀ। ਚੰਗਾ ਬਜ਼ੁਰਗੋ, ਮਿਹਰਬਾਨੀ, ਸ਼ੁਕਰੀਆ ਜੀ। ਹਾਂਜੀ, ਧੰਨਵਾਦ ਤੁਹਾਡਾ ਬਹੁਤ ਬਹੁਤ। ਹਾਂਜੀ ਹਾਂਜੀ, ਚੰਗਾ ਜੀ, ਬਾਈ ਜੀ ਮਿਹਰਬਾਨੀ ਜੀ, ਸ਼ੁਕਰੀਆ ਜੀ ਜੀ ਜੀ, ਖੈਰ ਹੋਵੇ, ਖੈਰ, ਸ਼ੁਕਰੀਆ ਤੁਹਾਡਾ। ਲਓ ਵੀ ਹੁਣ ਵਾਪਸ ਚੱਲੀਏ ਸ਼ਹਿਰ ਵੱਲ ਨੂੰ, ਬਾਜ਼ਾਰ ਵੱਲ ਨੂੰ। ਅਤੇ ਇਹ ਸੀ ਆਲਾ ਦੁਆਲਾ ਜਿੰਨਾ ਤੁਹਾਨੂੰ ਦਿਖਾਉਣਾ ਸੀਗਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ? ਹਾਂਜੀ ਹਾਂਜੀ, ਬਹੁਤ ਵਧੀਆ ਜੀ, ਵਧੀਆ। ਸਾਨੂੰ ਮਿਲਣ ਦੇ ਲਈ ਆਏ ਸੀ? ਤੁਹਾਡੇ ਵੀ ਲਾਭ ਵੇਖੀਦੇ ਨੇ ਅਸੀਂ। ਅੱਛਾ, ਸ਼ੁਕਰੀਆ ਸ਼ੁਕਰੀਆ ਜੀ। ਸਾਨੂੰ ਲੱਗਿਆ ਤੁਸੀਂ ਮੱਥਾ ਟੇਕ ਰਹੇ ਹੋ। ਕਿਤੇ ਵੈਸੇ ਉਹਦੇ ਲਈ ਆਏ ਹੋ? ਖੁਸ਼ੀ ਜੀ। ਹਾਂਜੀ, ਕਿੱਥੋਂ ਆਏ ਹੋ? ਸ਼ੁਕਰੀਆ। ਸਰਗੋਦੇ ਤੋਂ? ਜੀ ਜੀ, ਸਰਗੋਦੇ ਦਾ ਤਾਂ ਬੜਾ ਨਾਮ ਸੁਣਦੇ ਅਸੀਂ, ਬੜਾ ਜੀ ਕਰਦਾ ਜਾਣ। ਆਓ ਸਰ, ਆਓ ਸਾਡੇ ਕੋਲ, ਇਨਸ਼ਾਅੱਲਾ ਚੱਕਰ ਲਾਓ। ਜਿੰਨੇ ਜਿੰਨੇ ਅਸੀਂ ਨਾਂ ਸੁਣੇ ਆ ਨਾ ਲਹਿੰਦੇ ਪੰਜਾਬ ਦੇ, ਜਿੰਨੇ ਪੜ੍ਹਦੇ ਰਹੇ ਆ ਬਚਪਨ, ਸਾਰੇ ਘੁੰਮਣ ਨੂੰ ਮਨ ਕਰਦੇ। ਸਰਗੋਦੇ ਸ਼ਹਿਰ ਦੇ ਵਿੱਚ ਮੈਂ ਕਿਹਾ ਬੜੀ ਪੁਰਾਣੀ ਤਾਰੀਖੀ ਇਮਾਰਤਾਂ ਵੀ ਆਏ ਨੇ ਤੁਹਾਡੀਆਂ। ਅੱਛਾ ਜੀ, ਵੈਲਕਮ ਸਰ, ਉੱਥੇ ਆਓ ਤੁਸੀਂ, ਵੀ ਤੁਹਾਨੂੰ ਦਿਖਾਵਾਂਗੇ। ਸ਼ੁਕਰੀਆ ਜੀ, ਜ਼ਰੂਰ ਆਵਾਂਗੇ। ਹੈ ਲਓ ਜੀ, ਤਸਵੀਰ ਲੈ ਲਈਏ ਹੁਣ? ਚਲੋ, ਤਸਵੀਰ ਜ਼ਰੂਰ ਲੈਂਦੇ ਹੈ ਇੱਥੇ ਵਾਲੀ ਯਾਦਗਾਰੀ। ਚਲੋ, ਚੰਗਾ ਜੀ, ਮਿਹਰਬਾਨੀ, ਸ਼ੁਕਰੀਆ। ਇਹ ਲਹਿੰਦੇ ਪੰਜਾਬ ਦੀ ਮੁਹੱਬਤ ਆ ਜੀ, ਦੇਖ ਲਓ, ਜਿੱਥੇ ਜਿੱਥੋਂ ਸਾਨੂੰ ਲੰਘਦਾ ਦੇਖ ਲੈਂਦੇ ਆ ਵੀ ਇੱਥੋਂ ਦੀ ਲੰਘੇ ਆ, ਪਿੱਛੇ ਮੋਟਰਸਾਈਕਲ ਲਾ ਦਿੰਦੇ ਆ। ਅਤੇ ਹਾਂਜੀ, ਅੱਛਾ, ਸਾਡਾ ਵੀ ਧਿਆਨ ਕਰੋ, ਕਹਿੰਦੇ ਪਿੱਛੇ ਮੋਟਰਸਾਈਕਲ ਲਾ ਦਿੰਦੇ ਆ, ਮੋਟਰਸਾਈਕਲ ਲਾ ਕੇ ਅਤੇ ਮਿਲਣ ਉੱਥੇ ਹੀ ਪਹੁੰਚ ਜਾਂਦੇ ਆ। ਦੇਖੋ ਇੱਥੇ ਬਾਕੀ ਇੰਨਾ ਪਿਆਰ ਕਰਦੇ, ਇੱਥੇ ਵੀ ਪਿੱਛੇ ਪਹੁੰਚ ਗਏ। ਦੁਬਾਰੇ ਆ ਗਏ ਆਪਾਂ ਬਾਜ਼ਾਰ ਦੇ ਵਿੱਚ। ਦੇਖੋ ਜੀ, ਮੁਹੱਬਤ ਇਹਨਾਂ ਲੋਕਾਂ ਦੀਆਂ, ਫੈਮਿਲੀਜ਼ ਵੀ ਵਲੌਗ ਦੇਖਦੀਆਂ ਇਧਰ ਦੀ। ਸ਼ੁਕਰੀਆ ਜੀ, ਮਿਹਰਬਾਨੀ, ਥੈਂਕ ਯੂ। ਕਿਵੇਂ ਹੋ? ਠੀਕ ਠਾਕ ਹੋ? ਸ਼ੁਕਰੀਆ। ਹਾਂਜੀ, ਧੰਨਵਾਦ ਤੁਹਾਡਾ, ਬਹੁਤ ਬਹੁਤ ਪਿਆਰ ਹੈ, ਮੁਹੱਬਤ ਹੈ ਤੁਹਾਡੀ। ਹਾਂਜੀ, ਅਤੇ ਸਾਨੂੰ ਇੰਨੀ ਉਮੀਦ ਨਹੀਂ ਸੀ ਵੀ ਚੜ੍ਹਦੇ ਪੰਜਾਬ ਤਾਂ ਸਾਨੂੰ ਸ਼ਹਿਰਾਂ 'ਚ ਘੇਰ ਲੈਂਦੇ ਆ। ਅੱਛਾ, ਰਹਿੰਦੇ ਫੈਸਲਾ ਵੈਸੇ ਪਾਕ ਪਟਨ ਤੋਂ। ਬਾਬਾ ਫਰੀਦ ਜੀ ਦੀ ਧਰਤੀ ਦੇਖਣ ਦਾ ਸਾਡਾ ਬੜਾ ਮਨ ਸੀ, ਪਰ ਸਾਨੂੰ ਇਜਾਜ਼ਤ ਨਹੀਂ ਹੈਗੀ। ਅਗਲੀ ਵਾਰੀ ਸਹੀ। ਹਾਂਜੀ, ਸਾਡੇ ਕੋਲ ਵੀਜ਼ਾ ਨਹੀਂ ਉੱਧਰ ਦਾ ਅਸੀਂ। ਹਾਂਜੀ, ਅਗਲੀ ਵਾਰ ਸਹੀ, ਅਗਲੀ ਵਾਰ ਜਾਵਾਂਗੇ। ਅਤੇ ਚੜ੍ਹਦੇ ਪੰਜਾਬ ਦਾ ਸਾਨੂੰ ਸ਼ਹਿਰਾਂ 'ਚ ਘੇਰ ਲੈਂਦੇ ਆ, ਲਹਿੰਦੇ 'ਚ ਵੀ ਇੰਨਾ ਘੇਰਨਗੇ, ਸਾਨੂੰ ਇਹਦੀ ਉਮੀਦ ਨਹੀਂ ਸੀ। ਥੈਂਕ ਯੂ, ਸ਼ੁਕਰੀਆ, ਮਿਹਰਬਾਨੀ ਜੀ 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 ਜੀ, ਬਹੁਤ ਧੰਨਵਾਦ ਤੁਹਾਡਾ। ਸਤਿ ਸ਼੍ਰੀ ਅਕਾਲ, ਮਿਲ ਰਿਹਾ ਫਿਰ। ਓਕੇ ਓਕੇ।